ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ 'ਚ ਮੋਡੀਫਿਕੇਸ਼ਨ ਦੇ ਨਾਲ ਨਾਲ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਆਪਾਂ। ਗੱਲ ਜੌਂਡੀਅਰ 'ਤੇ ਕਰਾਂਗੇ ਕਿਉਂਕਿ ਖੜ੍ਹੇ ਆਪਣੇ ਕੋਲ ਇਸ ਟਾਈਮ ਦੋਵੇਂ ਜੌਂਡੀਅਰ 5210 50 HP ਕੈਟਾਗਰੀ। ਕਈ ਭਰਾ ਇਹ ਵੀ ਵੀਡੀਓ 'ਚ ਜਾਂ ਕਮੈਂਟਾਂ 'ਚ ਗੱਲ ਚੱਲਦੀ ਆ ਕਿ 50 HP ਦੇ ਟਰੈਕਟਰ ਨੂੰ ਪਾਵਰ ਵਧਾਉਣ ਦੇ ਨਾਲ ਇਹਦੇ ਗੇਅਰ ਨੂੰ ਨੁਕਸਾਨ ਹੁੰਦਾ ਵਾ, ਇਹਦੇ ਇੰਜਣ ਨੂੰ ਨੁਕਸਾਨ ਹੁੰਦਾ ਵਾ, ਜਾਂ ਵੱਡੇ ਟਾਇਰ ਪਾਉਣ ਨਾਲ ਇੱਦਾਂ ਹੁੰਦਾ ਵਗੈਰਾ ਵਗੈਰਾ, ਠੀਕ ਆ। ਪਰ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਉਣ ਲੱਗੇ ਤੁਹਾਨੂੰ ਇਸ ਟਰੈਕਟਰ ਦੀ ਫਿਟਿੰਗ ਕਿ ਮੋਡੀਫਿਕੇਸ਼ਨ ਕੀਤੀ ਆ ਬਿਨਾਂ। ਹਜੇ ਕਿਸਾਨ ਭਰਾ ਦੇ ਕਿਸੇ ਵੀ ਘਰ ਗਏ ਨਹੀਂ ਇਹ ਟਰੈਕਟਰ, ਹਜੇ ਟਰੈਕਟਰ ਸਿਰਫ ਏਜੰਸੀ 'ਚੋਂ ਸਾਡੇ ਭਰਾ ਜਿਹੜਾ ਹਰ ਪ੍ਰਤਾਪ ਟਰੈਕਟਰ ਅੰਮ੍ਰਿਤਸਰ ਜੌਂਡੀਅਰ ਵਾਲੇ ਉਹਨਾਂ ਭਰਾਵਾਂ ਦੇ ਟਰੈਕਟਰ ਆਏ ਸੇਲ ਕੀਤੇ ਹੋਏ, ਹਜੇ ਕਿਸਾਨ ਭਰਾਵਾਂ ਦੇ ਘਰ ਟਰੈਕਟਰ ਜਾਣੇ ਹਜੇ ਗਏ ਨਹੀਂ ਹੈਗੇ। ਪਰ ਸਭ ਤੋਂ ਪਹਿਲਾਂ ਗੱਲ ਮੋਡੀਫਿਕੇਸ਼ਨ ਬੜੇ ਤਰ੍ਹਾਂ ਦੀ ਆ, ਕਿੱਦਾਂ ਦੀ ਮੋਡੀਫਿਕੇਸ਼ਨ ਹੋਣੀ ਚਾਹੀਦੀ ਆ, ਕਿਵੇਂ ਦੀ ਮੋਡੀਫਿਕੇਸ਼ਨ ਹੋਣੀ ਚਾਹੀਦੀ ਆ, ਅੱਜ ਤੁਹਾਨੂੰ ਵੀਡੀਓ 'ਚ ਵਿਖਾਲਦੇ ਹਾਂ। ਔਰ ਇਹਨਾਂ ਦੋਵਾਂ ਟਰੈਕਟਰਾਂ ਦੀ ਨਹੀਂ, ਹਰੇਕ ਟਰੈਕਟਰ ਦੀ ਆਪਾਂ ਫੁੱਲ ਮੋਡੀਫਿਕੇਸ਼ਨ ਕਰਦੇ ਹਾਂ ਜੌਂਡੀਅਰ ਦੀ। ਜਿਸ ਤਰੀਕੇ ਨਾਲ ਵੇਖ ਸਕਦੇ ਹਾਂ ਸਾਡੇ ਕੋਲ ਭਰਾ ਪਹੁੰਚੇ ਆ ਜਿਨ੍ਹਾਂ ਨੇ ਇਹ ਟਰੈਕਟਰ ਡਿਲੀਵਰ ਕਰਨੇ ਆ, ਇਹਨਾਂ ਨਾਲ ਵੀ ਕਰਦੇ ਹਾਂ ਗੱਲ। ਪਰ ਉਹ ਤੋਂ ਪਹਿਲਾਂ ਚੈੱਕ ਕਰਾਉਣ ਲੱਗੇ ਤੁਹਾਨੂੰ ਫਿਟਿੰਗ, ਮੋਡੀਫਿਕੇਸ਼ਨ ਦੀ ਫਿਟਿੰਗ ਚੈੱਕ ਕਰ ਸਕਦੇ ਇੱਧਰੋਂ ਆਪਾਂ, ਠੀਕ ਆ ਜੀ। ਔਰ ਇੱਧਰਲੀ ਸਾਈਡ ਵੀ ਵੇਖ ਸਕਦੇ MPC ਯੂਨਿਟ ਲੱਗੇ ਹੋਏ ਆ, ਕਿਤੇ ਵੀ ਜੱਜਮੈਂਟ ਨਹੀਂ ਹੋਊਗਾ ਕਿ ਟਰੈਕਟਰ ਨੂੰ ਕਿਤੇ ਖੋਲ੍ਹਿਆ ਵੀ ਆ ਜਾਂ ਓਰੀਜਨਲ ਕੰਪਨੀ ਫਿਟਡ ਆ ਜਾਂ ਕਿੱਦਾਂ ਵਾ, ਚੈੱਕ ਕਰ ਸਕਦੇ ਹਾਂ। ਔਰ ਗੱਲ ਜੌਂਡੀਅਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਕਰਾਂਗੇ ਤੁਹਾਡੇ ਨਾਲ, ਵੇਖ ਸਕਦੇ ਤੁਸੀਂ ਇੱਧਰਲੀ ਸਾਈਡ ਵੀ ਇਹ ਦੂਸਰਾ ਟਰੈਕਟਰ ਆਪਣਾ। ਇੰਟਰਕੂਲਰ ਲੱਗੇ ਹੋਏ ਆ ਵਿਦ ਓਰੀਜਨਲ ਇੰਟਰਕੂਲਰ ਲੱਗੇ ਆ, ਔਰ ਦੂਸਰੀ ਗੱਲ MPC ਯੂਨਿਟ ਸੈਂਸਰ ਵਿਦ ਲੱਗੇ ਹੋਏ ਆ, ਚੈੱਕ ਕਰ ਸਕਦੇ ਆਪਾਂ। ਔਰ ਇਹ ਟਰੈਕਟਰ 50 HP ਤੋਂ ਅੱਜ ਹੋ ਗਿਆ 85-90 HP ਕੈਟਾਗਰੀ ਦਾ। ਔਰ ਕਈ ਕਿਸਾਨ ਭਰਾਵਾਂ ਨੇ ਇਹ ਵੀ ਕਹਿਣਾ ਵਾ, ਕਈ ਜਿਹੜੇ ਵੀਡੀਓ 'ਚ ਜੱਜ ਬਣਦੇ ਵਕੀਲ ਬਣਦੇ ਉਹਨਾਂ ਕਹਿਣਾ ਵੀ 85 HP ਦਾ 80 HP ਦਾ ਕਿੱਦਾਂ ਹੋ ਗਿਆ ਟਰੈਕਟਰ, ਕਿਉਂਕਿ ਜੌਂਡੀਅਰ ਦੇ ਹਰੇਕ ਟਰੈਕਟਰ ਜਿਹੜੇ ਆ ਉਹ 2948 CC ਇੰਜਣ, 2950-2950 CC ਦੇ ਕਰੀਬ ਕਰੀਬ ਸਾਰੇ ਟਰੈਕਟਰਾਂ ਦੇ ਇੰਜਣ ਸੇਮ ਹੁੰਦੇ ਆ। ਇਹਨਾਂ ਨੇ ਕਿੱਥੋਂ ਕਿੱਥੋਂ ਪਾਵਰ ਇਨਕਰੇਜ ਕਰਨੀ, ਉੱਥੋਂ ਉੱਥੋਂ ਮੋਡੀਫਿਕੇਸ਼ਨ ਦੇ ਕੇ ਇਹਨਾਂ ਟਰੈਕਟਰਾਂ ਦੀ ਜਿਹੜੀ ਮੋਡੀਫਿਕੇਸ਼ਨ ਦੇ ਨਾਲ ਪਾਵਰ ਵਧਾਈ ਜਾਂਦੀ ਆ। ਔਰ ਦੂਸਰੀ ਗੱਲ, ਇਕੱਲਾ ਇਕਲੌਤਾ ਜੌਂਡੀਅਰ ਟਰੈਕਟਰ ਜਿਹਾ ਟਰੈਕਟਰ ਆ ਜਿਹਨੂੰ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਵੀ ਇਹਦੇ ਗੇਅਰ ਨੂੰ ਕੋਈ ਫਰਕ ਨਹੀਂ ਪੈਂਦਾ, ਇਹਦੇ ਗੇਅਰ 'ਤੇ ਕੋਈ ਜੂੰ ਤੱਕ ਨਹੀਂ ਸਰਕਦੀ, ਕਿਉਂਕਿ 2000 ਮਾਡਲ ਟਰੈਕਟਰ ਚੱਲਣ ਡੇ ਜਿਨ੍ਹਾਂ ਦੇ ਗੇਅਰਾਂ ਨੂੰ ਅਜੇ ਤੱਕ ਕੁਛ ਨਹੀਂ ਹੋਇਆ। ਇੱਕ ਜੌਂਡੀਅਰ ਇਕਲੌਤਾ ਟਰੈਕਟਰ ਅਜਿਹਾ ਵਾ ਜਿੰਨੀ ਮਰਜ਼ੀ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਵੀ ਇਹ ਆਪਣੇ ਗੇਅਰ ਦੀ ਕੋਈ ਸਮੱਸਿਆ ਕੋਈ ਦਿੱਕਤ ਨਹੀਂ ਦਿੰਦਾ। ਕਿਸੇ ਵੀ ਕਿਸਾਨ ਭਰਾ ਦੇ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਗੇਅਰ ਦੇ ਵਿੱਚ ਦਿੱਕਤ ਆਈ ਹੋਵੇ ਕਮੈਂਟ ਜ਼ਰੂਰ ਕਰੇ, ਔਰ ਕਮੈਂਟ ਨਾਲ ਕਰਨ ਤੋਂ ਬਾਅਦ ਆਪਣਾ ਐਡਰੈਸ ਜ਼ਰੂਰ ਦੱਸੇ। ਔਰ ਵਿਸ਼ੇਸ਼ਤਾਵਾਂ, ਔਰ ਜੌਂਡੀਅਰ ਦਾ ਮਹਿੰਗਾ ਹੋਣ ਦਾ ਕਾਰਨ ਹੀ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਇਹਦੇ 'ਚ ਫੀਚਰ ਪਾਏ ਗਏ ਆ, ਜਿੱਦਾਂ ਕਹਿ ਸਕਦੇ ਹਾਂ 4 speed, ਹਜੇ ਬਾਕੀ ਕੰਪਨੀਆਂ ਨਾਲੋਂ 3 speed ਚੱਲ ਰਿਹਾ, ਇਹ 4 speed ਚੱਲ ਰਿਹਾ, ABCD, ਠੀਕ ਆ। ਔਰ ਦੂਸਰੀ ਗੱਲ, ਜਿਵੇਂ ਟਿਲਟ ਸਟੇਅਰਿੰਗ ਦੀ ਫੈਸਿਲਿਟੀ ਆ, ਲਿਫਟ ਜਿਹੜੇ ਆ ਸੁੱਚਾਂ 'ਤੇ ਲੱਗੇ ਹੋਏ ਆ, ਇਹ ਫੀਚਰਾਂ ਦੀ ਗੱਲ ਬਾਅਦ 'ਚ ਕਰਾਂਗੇ। ਪਰ ਸਭ ਤੋਂ ਵਧੀਆ ਗੱਲ ਮੈਨੂੰ ਲੱਗਦੀ ਇਹਦੀ ਵਾਇਰਿੰਗ,
ਬਾਕੀ ਟਰੈਕਟਰਾਂ ਨਾਲੋਂ ਡਿਫਰੈਂਟ ਹੈ ਇਹਦੀ ਵਾਇਰਿੰਗ। ਵਾਇਰਿੰਗ ਜਿੱਦਾਂ ਕਾਰਾਂ ਦੀ ਹੁੰਦੀ ਹੈ ਨਾ ਉਦਾਂ ਦੀ ਆ, ਔਰ ਉਹ ਹਰੇਕ ਟਰੈਕਟਰ ਦੀ ਵਾਇਰਿੰਗ ਤਾਂ ਸੇਮ ਹੈ, ਪਰ ਵਾਇਰਿੰਗ 'ਚ ਫਰਕ ਕੀ ਆ ਉਹ ਵੀ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਗੱਲ ਵਾਇਰਿੰਗ ਤੋਂ ਕਰਾਂਗੇ ਆਪਾਂ। ਹਜੇ ਬਾਕੀ ਟਰੈਕਟਰਾਂ ਦੇ ਵਿੱਚ ਕਹਿ ਸਕਦੇ ਹਾਂ ਆਪਾਂ, ਨਾ ਤਾਂ ਕਿਸੇ ਦਾ ਲੈ ਨਹੀਂ ਦੇ, ਸਿਰਫ ਵਿਸ਼ੇਸ਼ਤਾਈਆਂ ਦੱਸ ਰਹੇ ਹਾਂ। ਇੱਧਰ ਆਓ, ਜਿਸ ਤਰੀਕੇ ਨਾਲ ਵੇਖ ਸਕਦੇ ਹਾਂ ਏਅਰ ਕਲੀਨਰ ਦੇ ਸੈਂਸਰ ਨੂੰ ਤਾਰ ਲੱਗੀ ਹੋਈ ਆ, ਪਰ ਇਹਨੂੰ ਸਿੱਧਾ ਸੂਹ ਨਹੀਂ ਲੱਗਾ, ਬਿਲਕੁਲ ਸੂਹ ਨਹੀਂ ਲੱਗਾ। ਆਮ ਵਾਇਰਿੰਗ ਦੀ ਤਰ੍ਹਾਂ ਵੇਖ ਸਕਦੇ ਹਾਂ ਇਹ ਰਬੜ ਲੱਗੀ ਹੋਈ ਆ, ਬਿਲਕੁਲ ਪਿੱਤਲ ਦੇ ਥਿੰਬਲ ਬਾਹਰ ਨਜ਼ਰ ਨਹੀਂ ਆ ਰਹੇ, ਜਿਹਦੇ ਕਾਰਨ ਕਿ ਇਹਨੂੰ ਜੰਗ ਪੈਣ ਤੋਂ ਬਾਅਦ ਇਹ ਵਰਕ ਕਰਨਾ ਆਪਣਾ ਬੰਦ ਕਰ, ਇਹ 'ਚ ਪਾਣੀ ਨਹੀਂ ਪੈ ਸਕਦਾ। ਇਹਦੀ ਵਾਇਰਿੰਗ ਕੀ ਹੈ, ਪੂਰਾ ਟਰੈਕਟਰ ਡੋਬ ਕੇ ਵੀ ਆਪਾਂ ਦਰਿਆ 'ਚੋਂ ਬਾਹਰ ਕੱਢ ਦਾਂਗੇ, ਇਹ ਟਰੈਕਟਰ ਦੀ ਵਾਇਰਿੰਗ ਜਿਹੜੀ ਆ ਉਹ ਬਿਲਕੁਲ ਸ਼ਾਰਟ ਨਹੀਂ ਹੋਵੇਗੀ, ਚੈੱਕ ਕਰ ਸਕਦੇ ਹਾਂ ਹੈਂ, ਇੱਥੇ ਤਾਂ ਕਰ ਹੀ ਸਕਦੇ ਹਾਂ। ਔਰ ਇਸ ਤੋਂ ਬਾਅਦ 'ਚ ਆਪਾਂ ਵੇਖ ਸਕਦੇ ਹਾਂ ਮਗਰਾਟਾਂ ਦੇ ਵਿੱਚ, ਆ ਜਾਓ ਆ ਵੇਖੋ, ਇਹ ਉਹਨਾਂ ਕਿਸਾਨ ਭਰਾਵਾਂ ਨੂੰ ਪਤਾ ਜਿੰਨਾ ਕੋਲ ਜੌਂਡੀਅਰ ਟਰੈਕਟਰ ਹੈਗੇ। ਅੱਜ ਦੀ ਵਾਇਰਿੰਗ ਇੱਦਾਂ ਨਹੀਂ ਆ ਰਹੀ, ਜੌਂਡੀਅਰ ਦੀ ਸਟਾਰਟਿੰਗ ਤੋਂ ਵਾਇਰਿੰਗ ਕਾਰ ਵਾਲੀ ਆ ਰਹੀ, ਨੂੰ ਕਾਰ ਵਾਲੀ ਵਾਇਰਿੰਗ ਕਹਿ ਸਕਦੇ ਆਪਾਂ, ਕਿਉਂਕਿ ਕਾਰਾਂ ਦੇ ਵਿੱਚ ਇੱਦਾਂ ਦੇ ਫੀਚਰ ਹੁੰਦੇ ਆ। ਚੈੱਕ ਕਰ ਸਕਦੇ ਤੁਸੀਂ, ਇਹ ਨਹੀਂ ਹੈਗਾ ਪਾਣੀ ਪੈ ਜੂਗਾ, ਵੇਖੋ ਠੀਕ ਆ, ਇਹਦੇ ਸੂਹ ਅੰਦਰ ਦਿੱਤੇ ਹੋਏ ਆ, ਬਿਲਕੁਲ ਨਜ਼ਰ ਨਹੀਂ ਆਉਣ ਡੇ। ਆਪਾਂ ਜਦੋਂ ਇੱਦਾਂ ਲਾ ਦਾਂਗੇ ਇਹਨੂੰ ਪਾਣੀ 'ਚ ਵੀ ਡੋਬ ਦਾਂਗੇ, ਕਦੀ ਵੀ ਇਹਦੇ ਸੂਹਾਂ ਦੇ ਵਿੱਚ ਪਾਣੀ ਨਹੀਂ ਪਵੇਗਾ। ਇਹ ਬਿਲਕੁਲ ਲਾਈਟਾਂ ਜਿਹੜੀਆਂ ਇਹਦੀਆਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆਪਾਂ, ਆ ਜਾਓ ਆ ਵੇਖੋ ਠੀਕ ਆ, ਗਾੜੀ ਪਛਾੜੀ ਸਾਰੇ ਸੂਹ, ਜੇ ਐਕਸਟਰਾ ਸੂਹ ਦਿੱਤੇ ਵੀ ਛੱਡੇ ਹੋਏ ਉਹ ਵੀ ਬੰਦ ਕੀਤੇ ਹੋਏ ਕੰਪਨੀ ਨੇ, ਆਖੋ ਇਹ ਨਹੀਂ ਹੈਗਾ ਕਿ ਓਪਨ। ਬਾਕੀ ਫੀਚਰਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਤਾਂ ਬਾਹਲਾ ਦੱਸਣ ਦੀ ਲੋੜ ਨਹੀਂ, ਔਰ ਵਾਰੀ ਵਾਰੀ ਦੱਸਦੇ ਰਹਾਂਗੇ। ਜਿਸ ਤਰੀਕੇ ਨਾਲ ਆਪਾਂ ਕੋਈ ਵੀ ਇਹਦੀ ਵਾਇਰਿੰਗ ਖੋਲਦੇ ਹਾਂ, ਦੇਖੋ ਇਹਦੀ ਵਾਇਰਿੰਗ ਆਮ ਵਾਇਰਿੰਗ ਨਹੀਂ ਹੈਗੀ। ਬਥੇਰਾ ਵੀਡੀਓ 'ਚ ਜ਼ੋਰ ਲੱਗਦਾ ਪਿਆ ਅੱਜ ਦੀ ਡੇਟ 'ਚ, ਕੰਪੀਟੀਸ਼ਨ ਇਹੋ ਚੱਲਣ ਡਿਆ ਵਾ, ਆਪਣਾ ਟਰੈਕਟਰ ਬੈਸਟ ਆ, ਆਪਣਾ ਟਰੈਕਟਰ ਬੈਸਟ, ਪਰ ਬੈਸਟ ਨੂੰ ਬੈਸਟ ਕਹਿਣਾ ਕੋਈ ਨਹੀਂ ਚਾਹੁੰਦਾ, ਜੋ ਬੈਸਟ ਵਾ ਉਹਨੂੰ ਬੈਸਟ ਕਹਾਂਗੇ ਆਪਾਂ। ਇੱਧਰ ਵੇਖ ਸਕਦੇ ਆਪਾਂ, ਹੁਣ ਆ ਪਾਣੀ ਪਿਆ ਆ ਵਾ, ਪਰ ਉਹਦੇ ਬਾਵਜੂਦ ਵੀ ਆਪਾਂ ਵੇਖਾਂਗੇ ਆ ਜਿਹੜੀ ਵਾਇਰਿੰਗ ਵਾ, ਆ ਲਓ ਇਹਦੇ ਵਿੱਚ ਪਾਣੀ ਨਹੀਂ ਪੈ ਸਕਦਾ। ਆ ਚੈੱਕ ਕਰ ਸਕਦੇ ਰਬੜ ਲੱਗੀ ਹੋਈ ਅੰਦਰ ਵੀ, ਉਹ ਇੱਦਾਂ ਦੇ ਸੂਹ ਵੇਖਣ ਨੂੰ ਤੁਹਾਨੂੰ ਬਹੁਤ ਘੱਟ ਜਿਹੜੇ ਆ ਨਾ, ਆ ਵੇਖੋ ਇਹ ਆ ਲਓ ਠੀਕ ਆ। ਔਰ ਮੋਡੀਫਿਕੇਸ਼ਨ ਦੀ ਗੱਲ ਵੇਖ ਸਕਦੇ ਹਾਂ ਕਿਵੇਂ ਦੀ ਆ, ਬਿਲਕੁਲ ਟਰੈਕਟਰ ਮੋਡੀਫਿਕੇਸ਼ਨ ਤੋਂ ਬਾਅਦ ਹੀਟ ਨਹੀਂ ਲਵੇਗਾ, ਇਸ ਚੀਜ਼ ਦੀ ਗਰੰਟੀ ਆ। ਜਿੱਦਾਂ ਬੜੇ ਜਿਹੜੇ ਵੀਡੀਓ ਬਲੌਗਰ ਇਹ ਗੱਲ ਬੋਲਦੇ ਆ ਕਿ ਟਰੈਕਟਰ ਮੋਡੀਫਾਈ ਹੋਣ ਤੋਂ ਬਾਅਦ ਜਿਹੜਾ ਵਾ ਉਹ ਟਰੈਕਟਰ ਗਰਮ ਹੋਵੇਗਾ, ਹੀਟ ਹੋਵੇਗਾ, ਇਹਦਾ ਇੰਜਣ ਸੀਜ ਹੋ ਜਾਏਗਾ, ਅੱਜ ਤੱਕ ਇਦਾਂ ਦਾ ਕੇਸ ਇੱਕ ਵੀ ਨਹੀਂ ਹੋਇਆ ਆਪਣੀ ਲਾਈਫ ਦੇ ਵਿੱਚ। ਬਿਲਕੁਲ ਨਵੇਂ ਨਵੇਂ 0 ਮੀਟਰ ਟਰੈਕਟਰ ਵੀ ਮੋਡੀਫਾਈ ਸਭ ਤੋਂ ਪਹਿਲਾਂ ਤੁਹਾਡੀ ਆਪਣੀ ਵਰਕਸ਼ਾਪ 'ਤੇ ਕੀਤੇ ਗਏ ਜਗ੍ਹਾ ਟਰੈਕਟਰ ਬੌਸ 'ਤੇ, ਉਸ ਤੋਂ ਬਾਅਦ ਜੇ ਕੋਈ ਮੋਡੀਫਾਈ ਕੀਤੇ ਹੋਣਗੇ ਤਾਂ ਜ਼ਰੂਰ ਕੀਤੇ ਹੋਣਗੇ, ਪਰ ਅੱਜ ਤੱਕ 0 ਮੀਟਰ ਟਰੈਕਟਰ ਜਿਹੜੇ ਆ ਉਹ ਸਿਰਫ ਤੁਹਾਡੀ ਆਪਣੀ ਵਰਕਸ਼ਾਪ 'ਤੇ ਮੋਡੀਫਾਈ ਕੀਤੇ ਗਏ ਆ। ਵੇਖ ਸਕਦੇ ਜਿੱਦਾਂ ਭਰਾ ਪਹੁੰਚੇ ਸਾਡੇ ਕੋਲ, ਅਤੇ ਸ਼ੁਭ ਨਾਮ ਭਰਾ ਦਾ ਮਨਜਿੰਦਰ ਭਾਜੀ ਆ, ਅਤੇ ਆਪਣਾ ਨਾਮ ਗੁਰਸਾਹਿਬ ਸਿੰਘ। ਪਹਿਲਾਂ ਮੈਨੂੰ ਇਹ ਦੱਸੋ ਜਿੰਨੇ ਵੀ ਤੁਹਾਡੀ ਟੱਚ ਦੇ ਤੁਹਾਡੀ ਏਜੰਸੀ ਦੇ ਥਰੂ ਜਿੰਨੇ ਟਰੈਕਟਰ ਵਿਕੇ ਆਪਾਂ ਜਿੰਨੇ ਮੋਡੀਫਾਈ ਕੀਤੇ, ਤੁਹਾਨੂੰ ਕਿਹਾ ਹੈ ਕਿਸਾਨ ਭਰਾ ਦਾ ਫੋਨ ਆਇਆ ਕਿ ਮੋਡੀਫਾਈ ਹੋਣ ਤੋਂ ਬਾਅਦ ਸਾਡੇ ਟਰੈਕਟਰ ਸੀਜ ਮਾਰ ਚੁੱਕੇ ਆ, ਗਰਮ ਹੋ ਰਹੇ ਜਾਂ ਕੋਈ ਦਿੱਕਤ ਆਈ ਹੋਵੇ? ਨਹੀਂ ਜੀ, ਅਜੇ ਤੱਕ ਨਹੀਂ। ਰਿਐਲਿਟੀ ਕੇ ਵੈਸੇ ਕਹਿ ਰਹੇ ਜੀ? ਨਹੀਂ, ਸੱਚੀ ਗੱਲ। ਅਤੇ ਜੌਂਡੀਅਰ ਟਰੈਕਟਰ ਇੱਕ ਲੌਤਾ ਅਜਿਹਾ ਟਰੈਕਟਰ ਜਿੱਦਾਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਮੋਡੀਫਾਈ ਕਰਨ ਤੋਂ ਬਾਅਦ ਵੀ ਆਪਣੇ ਗੇਅਰ ਦੀ ਸਮੱਸਿਆ ਨਹੀਂ ਦਿੰਦਾ,
ਜਿੱਦਾਂ ਸੈਂਕਰੋਮਾਈਸ ਗੇਅਰ ਆਉਂਦਾ ਵੀ ਜੌਂਡੀਅਰ 'ਚ ਆਉਂਦਾ, ਠੀਕ ਆ ਜੀ। ਹਾਂਜੀ। ਅਤੇ ਹਜੇ ਕਿ ਇਹ ਟਰੈਕਟਰ ਨੂੰ ਜਿਹੜੇ ਟਾਇਰ ਆਪਾਂ ਵੇਖ ਸਕਦੇ ਹਾਂ, ਜੋ ਕਿੰਨਾ ਨੰਬਰ ਆਉਂਦੇ ਕੰਪਨੀ ਵੱਲੋਂ? 9 ਦੇ ਆਉਂਦੇ ਆ, ਪਰ 11 ਦੇ ਪਾਤੇ ਆ। ਪਿੱਛੇ 16 ਦੇ ਆਉਂਦੇ ਆ, ਪਰ ਭਰਾ ਹੁਣਾਂ ਨੇ 17 ਦੇ ਪਾਤੇ ਆ, ਠੀਕ ਆ। ਫਿਰ ਵੀ ਇਹ ਟਰੈਕਟਰ ਆਪਣੀ ਪੂਰੀ ਦੂਜੇ BC1D ਦੇ ਵਿੱਚ ਅੱਤ ਕਰਾਊਗਾ। ਆਪਾਂ ਤੁਹਾਨੂੰ ਵਾਹ ਕੇ ਟਰੈਕਟਰ ਜ਼ਰੂਰ ਵਿਖਾਵਾਂਗੇ ਜੇ ਬਾਰਿਸ਼ ਪੈ ਗਈ ਆ, ਪਰ ਅਗਲੀ ਵੀਡੀਓ 'ਚ ਇਹ ਟਰੈਕਟਰ ਤੁਹਾਨੂੰ ਵਗਦੇ ਨਜ਼ਰ ਆਉਣਗੇ, ਠੀਕ ਆ। ਹਜੇ ਕਿ ਇਹਨਾਂ ਟਰੈਕਟਰਾਂ ਦੇ ਵਿੱਚ ਜਿੰਨੀ ਵੀ ਫੀਚਰ ਕੰਪਨੀ ਨੇ ਪਾਏ, ਬਹੁਤ ਸੁਧਾਰ ਕੇ ਪਏ ਹੋਏ ਆ। ਅੱਜ ਤੱਕ ਸਾਨੂੰ ਕਦੀ ਕੋਈ ਸਮੱਸਿਆ, ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਟੋਟਲ ਵਾਇਰਿੰਗ ਬਾਰੇ ਦੱਸਿਆ ਗਿਆ ਤੁਹਾਨੂੰ, ਵਾਇਰਿੰਗ ਸਾਰੀ ਇਹਦੀ ਇੱਦਾਂ ਦੀ ਹੈ। ਇੱਧਰ ਵੀ ਵੇਖ ਸਕਦੇ, ਆ ਜਾਓ, ਆ ਲਓ। ਇਸ ਚੀਜ਼ ਬਾਰੇ ਤੁਹਾਨੂੰ ਨੌਲੇਜ ਹੈਗੀ ਵੀ ਤੁਹਾਡੇ ਟਰੈਕਟਰ ਦੀ ਵਾਇਰਿੰਗ ਆਮ ਟਰੈਕਟਰਾਂ ਨਾਲੋਂ ਬੈਸਟ ਵਾ? ਭਾਅ ਜੀ ਕਹਿੰਦੇ CRD ਦੀ ਇਹ ਤੋਂ ਵੀ ਬੈਸਟ ਆ, ਪਰ ਨਹੀਂ, ਇਹ ਵੀ CRD ਵਾਲੀ ਕਿਸਮ ਦੀ ਫੁੱਲ ਬੈਸਟ ਵਾਇਰਿੰਗ ਕਹਿ ਸਕਦੇ ਹਾਂ, ਠੀਕ ਆ ਜੀ। ਅਤੇ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਜ਼ਰੂਰ ਦੱਸੋ। ਅਗਲੀ ਵੀਡੀਓ 'ਚ ਮਿਲਦੇ ਆਪਾਂ। ਥੈਂਕ ਯੂ।